ਧਰਤੀ ਤੇ ਤਾਰਨੇ ਗੱਪਦੇ ਨਾਨਾ ਮਹਾਰੀਦਾ ਜੰਮਣਾ ਸੀ ਭਗਤੀ ਤੋਂ ਹੀ ਭਗਤੀ ਤੋਂ ਹੀ ਭਗਤਹੀਨ ਕਾਹੇ ਜਗ ਆਇਆ, ਆਇਆ ਹੀ ਕਾਹਦੇ ਵਾਸਤੇ ਹੈ, ਜਿਹੜਾ ਭਗਤੀ ਤੋਂ ਹੀਣ, ਜਿਹੜਾ ਟੁੱਟ ਗਿਆ ਆਪਣੇ ਮੂਲ ਨਾਲ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪੁੱਛਾਂ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਰ, ਉਹ ਮਾਲਕ ਤੇਰੇ ਨਾਲ ਹੈ, ਤੂੰ ਆਤਮ ਸ਼ਹਿਜਾਦਾ, ਆਤਮ ਸ਼ਹਿਜਾਦਾ ਪਰਮਾਤਮਾ ਦਾ ਪੁੱਤਰ ਹੈ, ਉਹ ਸਦਾ ਨਾਲ ਹੈ। ਪਰ ਗੁਰੂ ਦੀ ਮੱਤ ਲੈ ਫਿਰ ਰੰਗ ਮਾਣ ਸਕਣਾ, ਸਤਿਗੁਰੂ ਦੀ ਖੁਸ਼ੀ ਲੈ ਕੇ, ਗੁਰੂ ਦੀ ਮੱਤ ਲੈ ਕੇ, ਅੰਮ੍ਰਿਤਧਾਰੀ ਹੋ ਕੇ, ਸਿੰਘ ਸੱਜ ਕੇ ਜਦੋਂ ਅਭਿਆਸ ਕਰੇਗਾ ਫਿਰ ਰੰਗ ਮਾਣੇਗਾ, ਫਿਰ ਰਸ ਆਏਗਾ, ਫਿਰ ਅਮਿਓ ਰਸ ਦੇ ਝਰਨੇ ਵਗਣਗੇ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਫਿਰ ਗੱਲ ਬਣੇਗੀ। ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਓ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀ। ਸੋ ਟੁੱਟ ਕੇ ਖੁਸ਼ੀ ਨਹੀਂ ਮਿਲ ਸਕਦੀ ਜੀਵਨ ਵਿੱਚ, ਮੁਰਝਾਏ ਹੋਏ ਨੇ ਜਿਹੜੇ ਅੰਦਰੋਂ। ਜਿਵੇਂ ਹੁਣ ਸਿਆਲ ਆ ਗਿਆ ਹੈ ਤੇ ਦਰਖਤਾਂ ਨੂੰ ਸੋਕਾ ਲੱਗ ਜਾਣਾ, ਦਰਖਤਾਂ ਦੇ ਪੱਤੇ ਝੜ ਜਾਣੇ, ਸੁੱਕੇ ਹੋਏ ਦਰਖਤ ਕੋਲ ਬਹਿਣ ਨੂੰ ਜੀ ਨਹੀਂ ਕਰਦਾ, ਸੁੱਕਿਆ ਹੋਇਆ ਦਰਖਤ ਸੋਹਣਾ ਨਹੀਂ ਲੱਗਦਾ। ਜਿਨ੍ਹਾਂ ਦੇ ਮਨਾਂ ਨੂੰ ਸੋਕੇ ਲੱਗੇ ਹੋਏ ਨੇ ਉਹਨਾਂ ਕੋਲ ਬਹਿਣ ਨੂੰ ਜੀ ਨਹੀਂ ਕਰਦਾ, ਇਹ ਸੱਚ ਹੈ। ਭਾਵੇਂ ਜਿੰਨੇ ਮਰਜ਼ੀ ਸੋਹਣੇ ਬਣੇ ਫਿਰ, ਜਿਨ੍ਹਾਂ ਨੇ ਅੰਦਰ ਰੰਗ ਹੈ, ਜਿਹੜੇ ਅੰਦਰੋਂ ਹਰੇ ਭਰੇ ਨੇ, ਉਹ ਪਿਆਰੇ ਲੱਗਣ। ਜਿਨ੍ਹਾਂ ਦੇ ਅੰਦਰ ਨੂੰ ਸੋਕਾ ਲੱਗ ਗਿਆ ਉਹਨਾਂ ਵਾਸਤੇ ਅਰਜ ਕਰਦਾ ਹੁੰਦਾ ਕਿ ਕਈ ਵੇਖੇ ਆ, ਕਹਿਣਗੇ ਜੀ ਬੜਾ ਜਪਦੇ ਸਾਂ ਹੁਣ ਨਹੀਂ ਜਪਿਆ ਜਾਂਦਾ, ਬੜਾ ਨਿਤਨੇਮ ਸੀ ਹੁਣ ਨਹੀਂ, ਕਿਸੇ ਸਮੇਂ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦੇ ਸਾਂ, ਜਾਂ ਅਸੀਂ ਜੀ ਇੰਨਾ ਨਿਤਨੇਮ ਕਰਨਾ, ਇੰਨੇ ਜਪਜੀ ਸਾਹਿਬ ਦੇ ਪਾਠ ਵੀ ਕਰ ਲੈਣੇ, ਹੁਣ ਪਤਾ ਨਹੀਂ ਕੀ ਹੋ ਗਿਆ, ਹੁਣ ਹੁੰਦਾ ਹੀ ਨਹੀਂ, ਹੁਣ ਮਨ ਹੀ ਨਹੀਂ ਲੱਗਦਾ। ਜਦੋਂ ਤੋਂ ਕਾਰੋਬਾਰ ਵੱਧ ਗਿਆ ਉਦੋਂ ਤੋਂ ਨਿਤਨੇਮ ਘੱਟ ਗਿਆ, ਜਦੋਂ ਤੋਂ ਨੌਕਰੀ ਲੱਗ ਗਏ ਉਦੋਂ ਤੋਂ ਛੱਡ ਦਿੱਤਾ, ਹੁਣ ਹੁੰਦਾ ਹੀ ਨਹੀਂ। ਨਹੀਂ ਗੁਰਮੁਖੋ, ਪਿਆਰ ਹੈ ਨਾ ਜੇ ਫਿਰ ਤੇ ਵਧਣਾ ਚਾਹੀਦਾ, ਸਗੋਂ ਅਸੀਂ ਘੱਟ ਜਾਂਦੇ ਹਾਂ, ਹੋਰ ਕਰਨਾ ਚਾਹੀਦਾ। ਸਤਿਗੁਰੂ ਬਿਜ਼ਨਸ 'ਚ ਵਾਧਾ ਕੀਤਾ, ਹੋਰ ਸਿਮਰਨ ਕਰੀਏ, ਹੋਰ ਜਪ ਤਪ ਕਰੀਏ, ਸਾਡਾ ਉਲਟ ਕੰਮ ਹੈ। ਤੇ ਜੇ ਸੋਕਾ ਲੱਗ ਗਿਆ ਉਹਨਾਂ ਵਾਸਤੇ ਅਰਜ ਹੈ, ਦਰਬਾਰ ਸਾਹਿਬ ਚਲੇ ਜਾਓ, ਪੰਜ ਚਾਰ ਦਿਨ ਸੱਤ ਦਿਨ ਰਹਿ ਕੇ ਉੱਥੇ ਸੇਵਾ ਕਰੋ, ਜ਼ਿਆਦਾ ਸਮਾਂ ਪਰਕਰਮਾ ਵਿੱਚ ਰਵੋ, ਜ਼ਿਆਦਾ ਸਮਾਂ ਦਰਬਾਰ ਸਾਹਿਬ ਵਿੱਚ ਲਾਓ,
24 ਘੰਟਿਆਂ ਚੋਂ 18 ਘੰਟੇ ਘੱਟ ਤੋਂ ਘੱਟ ਪਰਿਕਰਮਾ ਚ ਰਹਿ ਕੇ ਸੇਵਾ ਕਰਦੇ ਰਹੋ, ਸਤਿਗੁਰੂ ਦੇ ਆਉਂਦਿਆਂ ਦੇ ਦਰਸ਼ਨ ਕਰੋ, ਸਤਿਗੁਰੂ ਦੇ ਜਾਂਦਿਆਂ ਦੇ ਦੀਦਾਰ ਕਰੋ। ਤਖਤ ਤੇ ਆਉਣਗੇ ਉਦੋਂ ਸਾਹਮਣੇ ਖਲੋ ਜਾਓ, ਲਗਾਤਾਰ 5-7 ਦਿਨ ਲਾਓ, ਲੱਗਿਆ ਹੋਇਆ ਸੋਕਾ ਦੂਰ ਹੋ ਜਾਏਗਾ, ਫੇਰ ਮਨ ਹਰਾ ਭਰਾ ਹੋ ਜਾਏਗਾ। ਇੱਥੇ ਸੁੱਕੇ ਹੋਏ ਮਨ ਹਰੇ ਹੁੰਦੇ ਨੇ। ਅੰਮ੍ਰਿਤਸਰ ਇੱਕ ਐਸਾ ਅਸਥਾਨ ਸਾਨੂੰ ਸੱਚੇ ਪਾਤਸ਼ਾਹ ਬਖਸ਼ ਕੇ ਗਏ ਨੇ, ਐਸੀ ਕਿਰਪਾ ਕਰਕੇ ਗਏ ਨੇ, ਜਿੱਥੇ ਮੈਂ ਅੱਜ ਪਹਿਲਾਂ ਵੀ ਕੀਤੀ ਸੀ, ਅਭਿਆਸ ਕਰਨ ਵਾਲੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵੜਦੇ ਨੇ ਜਦੋਂ, ਉਸੇ ਵੇਲੇ ਉਹਨਾਂ ਦਾ ਸਿਮਰਨ ਚੱਲ ਪੈਂਦਾ। ਪਰ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦਾ, ਜਿਹੜੇ ਅਭਿਆਸ ਕਰਦੇ ਨੇ ਉਹਨਾਂ ਦਾ, ਤੇ ਟੁੱਟ ਕੇ ਕਦੀ ਵੀ ਸੁੱਖ ਨਹੀਂ ਮਿਲ ਸਕਦਾ, ਟੁੱਟ ਕੇ ਕਦੀ ਵੀ ਸ਼ਾਂਤੀ ਨਹੀਂ ਮਿਲ ਸਕਦੀ। ਟੁੱਟਿਆ ਹੋਇਆਂ ਦਾ ਹਾਲ ਕੀ ਹੋਇਆ ਸਾਡਾ ਇਤਿਹਾਸ ਦੱਸਦਾ ਹੈ। ਮਹਾਂ ਸਿੰਘ ਵਰਗੇ ਗੁਰਮੁਖ ਪਿਆਰੇ ਸਨ, ਜੁੜੇ ਹੋਏ ਸਨ ਗੁਰੂ ਘਰ ਨਾਲ, ਬੜੇ ਸੇਵਾਦਾਰ ਸਨ। ਜਦੋਂ ਇਹਨਾਂ ਨੇ ਪਿੰਡ ਜਾਣਾ, ਭਾਈ ਮਹਾਂ ਸਿੰਘ ਹੋਣਾ ਨੇ, ਬਹੁਤ ਸਾਰੇ ਸਿੰਘਾਂ ਨੇ, ਬਹੁਤ ਗੁਰਮੁਖਾਂ ਨੇ ਇਹਨਾਂ ਨੂੰ ਘਰ ਲੈ ਜਾਣਾ। ਮਹਾਂ ਸਿੰਘ ਜੀ ਸਾਡੇ ਘਰ ਪ੍ਰਸ਼ਾਦਾ ਛਕ ਕੇ ਜਾਇਓ, ਮਹਾਂ ਸਿੰਘ ਜੀ ਸਾਡੇ ਘਰ ਦੁੱਧ ਛਕ ਕੇ ਜਾਇਓ। ਬਹੁਤ ਸੰਗਤ ਸੇਵਾ ਕਰਦੀ ਸੀ, ਪਰ ਜੁੜੇ ਜੁੜੇ ਇੱਕ ਦਿਨ ਐਸਾ ਆਇਆ, ਟੁੱਟ ਗਏ। ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ। ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਰਿਹਾ 9 ਮਹੀਨੇ ਦੇ ਕਰੀਬ, ਨਾ ਕੋਈ ਚੀਜ਼ ਅੰਦਰ ਜਾਏ, ਨਾ ਕੋਈ ਚੀਜ਼ ਬਾਹਰ ਜਾਣ ਦਿੰਦੇ ਨੇ। ਅੰਦਰ ਰਾਸ਼ਨ ਮੁੱਕ ਗਿਆ, ਸਿੰਘਾਂ ਨੇ ਦਰਖਤਾਂ ਦੇ ਪੱਤੇ ਲਾ ਕੇ ਖਾਧੇ, ਪੱਤੇ ਮੁੱਕ ਗਏ, ਸੱਖ ਵੀ ਲਾ ਕੇ ਖਾਧੇ ਗੁਰਮੁਖੋ, ਸੱਖ ਵੀ ਮੁੱਕ ਗਏ। ਇੱਥੋਂ ਤੱਕ ਵੀ ਲਿਖਿਆ ਹੈ ਕਿ ਮਾਸ ਵੀ ਖਾਧਾ, ਇੱਥੋਂ ਤੱਕ ਲਿਖਿਆ ਹੈ। ਇੱਕ ਬੜੀ ਮਜਬੂਰੀ ਹੋ ਗਈ, ਕਈ ਇਤਿਹਾਸਕਾਰਾਂ ਨੇ ਲਿਖ ਦਿੱਤਾ, ਜਿਨ੍ਹਾਂ ਦੀ ਨਕਲ ਕਰਕੇ ਅੱਜ ਕਈ ਅੰਮ੍ਰਿਤਧਾਰੀ ਮਾਸ ਖਾਈ ਜਾਂਦੇ। ਖਾ ਲੈਣਾ ਚਾਹੀਦਾ ਜੀ, ਕਹਿੰਦੇ ਕੋਈ ਗੱਲ ਨਹੀਂ, ਪਰ ਉਹ ਇੱਕ ਮਜਬੂਰੀ ਸੀ। ਪਹਿਲੀ ਗੱਲ ਤੇ ਮੰਨੀ ਨਹੀਂ ਜਾ ਸਕਦੀ ਵੀ ਉਹ ਮਾਸ ਖਾਂਦੇ ਹੋਣਗੇ, ਪਰ ਜੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਮੰਨ ਵੀ ਲਈਏ, ਜੇ ਉਹਨਾਂ ਸਿੰਘਾਂ ਨੇ ਕਿਤੇ ਖਾਧਾ ਵੀ ਹੋਣਾ ਹੈ ਤੇ ਲੜਦੇ ਵੀ 1.25 ਲੱਖ ਨਾਲ ਸਨ। ਅਸੀਂ ਅੱਜ ਕਿਹਦੇ ਨਾਲ ਲੜਨੇ? ਖਾਣ ਵਾਲੇ ਨੇ ਜਿਹੜੇ, ਉਹ ਕਿਹਦੇ ਨਾਲ ਲੜਦੇ ਨੇ? ਉਹਨਾਂ ਨੂੰ ਅੱਜ ਕੋਈ ਜ਼ਰੂਰਤ ਨਹੀਂ। ਜਾਣ ਬੁੱਝ ਕੇ ਜੀਵ ਘਾਤ ਕਰਨਾ ਇਹ ਬੜਾ ਵੱਡਾ ਪਾਪ ਹੈ। ਸਤ ਸੰਗਤ, ਭਾਵੇਂ ਕੁਝ ਥਾਵਾਂ ਉੱਤੇ ਇਸ ਗੱਲ ਦੀ ਮਨਾਹੀ ਨਹੀਂ ਕੀਤੀ ਜਾਂਦੀ ਕਿ ਮਾਸ ਖਾ ਲੈਣਾ ਚਾਹੀਦਾ ਜੀ, ਕੋਈ ਗੱਲ ਨਹੀਂ, ਪਰ ਧਿਆਨ ਦਿਓ ਗੁਰਮੁਖੋ, ਆਪਾਂ ਜਪਜੀ ਸਾਹਿਬ ਪੜ੍ਹਨੇ ਆ, ਉਹਦੇ ਵਿੱਚ ਬਚਨ ਆਉਂਦਾ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਹੈ ਨਾ ਜਿਹੜਾ, ਇਹ ਦਇਆ ਦਾ ਪੁੱਤਰ ਹੈ। ਧਰਮ ਦਇਆ ਦਾ ਪੁੱਤਰ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਦਇਆ ਨਹੀਂ ਹੋਏਗੀ, ਉਹਨਾਂ ਚਿਰ ਪੁੱਤਰ ਦਾ ਧਰਮ ਦਾ ਜਨਮ ਨਹੀਂ ਹੋ ਸਕਦਾ। ਜਿਹੜਾ ਬੰਦਾ ਦਇਆਵਾਨ ਨਹੀਂ, ਉਹ ਕਦੇ ਧਰਮੀ ਨਹੀਂ ਬਣ ਸਕਦਾ। ਜਪਜੀ ਸਾਹਿਬ ਪੜ੍ਹ ਕੇ ਵੇਖੋ, ਪੁੱਤਰ ਪੈਦਾ ਹੀ ਤਾਂ ਹੋਏਗਾ ਜੇ ਮਾਂ ਹੋਏਗੀ, ਜੇ ਮਾਂ ਨਹੀਂ
ਤੇ ਪੁੱਤਰ ਨਹੀਂ, ਜੇ ਦਇਆ ਨਹੀਂ ਤੇ ਧਰਮ ਨਹੀਂ। ਤੇ ਗੁਰਮੁਖੋ ਜਿਹੜੇ ਮੁਰਗਾ ਖਾ ਲੈਂਦੇ ਨੇ, ਮੁਰਗਾ ਮਾਰਨ ਵੇਲੇ ਮੁਰਗੇ ਤੇ ਦਇਆ ਤੇ ਆਈ ਨਾ, ਬੱਕਰੇ ਤੇ ਦਇਆ ਤੇ ਆਈ ਨਾ, ਤੇ ਬੱਕਰੇ ਤੇ ਮਾਰਨ ਵੇਲੇ ਤੂੰ ਨਿਰਦਈ ਹੈ ਤੇ ਖਾਣ ਵੇਲੇ ਤੂੰ ਕਹਿੰਦਾ ਵੀ ਮੈਂ ਧਰਮੀ ਬਣ ਗਿਆ। ਜਦੋਂ ਵੀ ਕੋਈ ਬੱਕਰਾ ਮਾਰੇਗਾ ਉਹਨੂੰ ਨਿਰਦਈ ਬਣ ਕੇ ਮਾਰਨਾ ਪਏਗਾ, ਦਇਆਵਾਨ ਬਣ ਕੇ ਨਹੀਂ। ਦਇਆ ਨੂੰ ਕੱਢਣਾ ਪਏਗਾ ਅੰਦਰੋਂ, ਨਿਰਦਈ ਪੁਣਾ ਉਹਨੂੰ ਵਿਖਾਉਣਾ ਪਏਗਾ, ਇੱਕ ਜਲਾਦ ਬਣਨਾ ਪਏਗਾ। ਨਿਰਦਈ ਹੋਏ ਬਿਨਾਂ ਬੱਕਰਾ ਨਹੀਂ ਮਾਰਿਆ ਜਾ ਸਕਦਾ, ਨਿਰਦਈ ਹੋਏ ਬਿਨਾਂ ਮੁਰਗੇ ਦਾ ਗਲ ਨਹੀਂ ਮਰੋੜਿਆ ਜਾ ਸਕਦਾ। ਤੇ ਮਹਾਰਾਜ ਸਾਹਿਬ ਕਹਿੰਦੇ ਨੇ ਨਿਰਦਈ ਦੇ ਅੰਦਰ ਕਦੇ ਧਰਮ ਪ੍ਰਵੇਸ਼ ਨਹੀਂ ਕਰ ਸਕਦਾ, ਨਿਰਦਈ ਅੰਦਰ ਧਰਮ ਨਹੀਂ ਆ ਸਕਦਾ। ਅਖੰਡ ਕੀਰਤਨੀ ਜਥੇ ਚ ਬੜੇ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ ਹੋਏ, ਰੰਗੀਆਂ ਰੂਹਾਂ ਹੋਈਆਂ, ਕਦੇ ਮਾਸ ਨਾ ਖਾਧਾ। ਟਕਸਾਲ ਵਾਲੇ ਵੱਡੇ ਵੱਡੇ ਮਹਾਂਪੁਰ ਗਿਆਨੀ ਗੁਰਬਚਨ ਸਿੰਘ ਜੀ ਤੋਂ ਲੈ ਕੇ ਉਦੂ ਗਾਂ ਬਾਬਾ ਸੁੰਦਰ ਸਿੰਘ ਵਰਗੇ ਮਹਾਂਪੁਰਖ, ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕੌਮ ਦੀ ਅਗਵਾਈ ਕੀਤੀ ਤੇ ਡਟ ਕੇ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਮਾਸ ਖਾਣਾ ਗਲਤ ਹੈ, ਨਾ ਖਾਓ। ਨਾਲੇ ਅਗਵਾਈ ਕੀਤੀ ਪਰ ਨਹੀਂ ਸੀ ਖਾਂਦੇ, ਨਾ ਕਦੇ ਆਗਿਆ ਦਿੰਦੇ ਸੀ ਖਾਣ ਦੀ, ਕਦੇ ਨਹੀਂ ਕਹਿੰਦੇ। ਇਹ ਬੜਾ ਵੱਡਾ ਪਾਪ ਹੈ ਜੇ ਸਾਧ ਸੰਗਤ ਮਾਸ ਖਾ ਕੇ ਲਾ ਕੇ ਤੜਕੇ ਤੇ ਤੂੰ ਬਹਿ ਜਾ ਚੌਂਕੜਾ ਮਾਰ ਕੇ ਬਹਿਣ ਤੇ ਤੇਜ ਮਸਾਲੇ ਨਹੀਂ ਦਿੰਦੇ, ਇਹ ਤੈਨੂੰ ਮੁਰਗਾ ਕਿੱਥੇ ਬਹਿਣ ਦੇ ਦੇਗਾ ਅਭਿਆਸ ਵਿੱਚ। ਰਾਤ ਨੂੰ ਖਾ ਕੇ ਮੁਰਗਾ ਸਵੇਰੇ ਕਿਹੜਾ, ਜਿਹੜਾ 2 ਘੰਟੇ ਅਭਿਆਸ ਕਰਦਾ ਹੈ, ਜਿਹੜਾ ਰਾਤ ਨੂੰ ਮੁਰਗਾ ਖਾਂਦਾ ਮੈਨੂੰ ਸਵੇਰੇ ਦੱਸੋ, ਜਿਹਦਾ ਸਾਸ ਗਰਾਸ ਸਿਮਰਨ ਚੱਲਦਾ ਹੈ, ਕਿਹੜਾ 10ਵਾਂ ਦਵਾਰ ਸੁਰਤ ਲਜਾਂਦਾ ਹੈ, ਇਹ ਖੂਨ ਨਹੀਂ ਲਜਾਣ ਦੇਗਾ ਸੁਰਤ। ਕਦੀ ਵੀ ਦਇਆ ਨਿਰਦਈ ਬੰਦਾ ਧਰਮੀ ਨਹੀਂ ਬਣ ਸਕਦਾ। ਜਦੋਂ ਵੀ ਗੁਰਮੁਖੋ